ਕੁੱਟ ਮਾਰ ਗਈ ਉਹ ਸਾਡੇ ਘਰ ਆਉਂਦਾ ਸੀ ਦਵਾ ਮੇਰੇ ਤਾਏ ਦੇ ਘਰ ਤਾਸ਼ ਖੇਡਣ ਆਉਂਦਾ ਸੀ ਇਹੀ ਬੰਦਾ ਸੁਨੀਲ ਸਾਡੇ ਘਰ ਆਉਂਦਾ ਸੀ ਤਾਸ਼ ਖੇਡਣ ਸਾਡਾ ਇੱਕ ਛੱਤ ਸੀਗੀ ਜਦੋਂ ਵੀ ਮੇਰੇ ਕੋਲੇ ਆਉਂਦਾ ਸੀ ਪਹਿਲਾਂ ਤਾਂ ਦੋ ਤਿੰਨ ਵਾਰੀ ਉਹਨਾਂ ਨੇ ਚਿੜ ਮਾਹੌਲ ਕਰਕੇ ਲੰਘਿਆ ਫਿਰ ਇੱਕ ਦੋ ਵਾਰੀ ਉਹਨਾਂ ਨੇ ਮੇਰੇ ਉੱਤੇ ਰੇਪ ਕਰਨ ਦੀ ਰੇਪ ਕੀਤਾ ਮੇਰੀ ਗਨ ਨੂੰ ਪਿਸਤੌਲ ਰੱਖਦਾ ਸੀ ਕਹਿੰਦਾ ਸੀ ਮੈਂ ਤੈਨੂੰ ਮਾਰ ਦਾਂਗਾ ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ ਜਾਂ ਤੁਸੀਂ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਠੀਕ ਹੈ ਮੈਂ ਆਪਣੇ ਆਪਦੇ ਘਰ ਵਾਲੇ ਨੂੰ ਦੱਸਿਆ ਉਲਟਾ ਉਹਨਾਂ ਨੇ ਤਾਂ ਜਾ ਕੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਉਲਟਾ ਉਹਨਾਂ ਦੇ ਹੀ ਗਲ ਪੈ ਗਿਆ ਮੇਰਾ ਦੇਵਰ ਗਿਆ ਮੇਰੇ ਘਰ ਵਾਲਾ ਗਿਆ ਦੇਵਰਾਣੀ ਗਈ ਉਹਨੂੰ ਬੱਚਾ ਹੋਣ ਵਾਲਾ ਸੀ ਉਲਟਾ ਉਹਨਾਂ ਦੇ ਵੀ ਏਦਾਂ ਇਹਨਾਂ ਨੇ ਕੁੱਟਮਾਰ ਕੀਤੀ ਇੰਜ ਕੀਤਾ ਕਹਿੰਦੇ ਵੀ ਉਲਟਾ ਕਹਿੰਦੇ ਤੁਸੀਂ ਇਹ ਸਾਡੇ ਗਲ ਪੈ ਗਏ ਜੋ ਇੰਨਾ ਮੇਰੇ ਨਾਲ ਦੋ ਵਾਰੀ ਤਿੰਨ ਵਾਰੀ ਉਹਨਾਂ ਨੇ ਰੇਪ ਕੀਤਾ ਮੈਂ ਫਿਰ ਵੀ ਦੋ ਵਾਰੀ ਕੀਤਾ ਕੋਈ ਕੁਛ ਨਹੀਂ ਕਿਹਾ ਤੀਸਰੀ ਵਾਰੀ ਕੀਤਾ ਮੈਂ ਆਪਣੇ ਘਰ ਦੇ ਜੀਆਂ ਨੂੰ ਦੱਸਿਆ ਵੀ ਏਦਾਂ ਮੇਰੇ ਨਾਲ ਹੋਇਆ ਉਹਨਾਂ ਨੇ ਨਹੀਂ ਅਗਲਿਆਂ ਨੇ ਉਹਨਾਂ ਨੇ ਜਾ ਕੇ ਇਹਨਾਂ ਨੂੰ ਪੁੱਛਿਆ ਜਾਂ ਕਿਹਾ ਤੇ ਉਲਟਾ ਉਹਨਾਂ ਦੇ ਹੀ ਗਲ ਪੈ ਗਿਆ ਸਾਨੂੰ ਜਦੋਂ ਕਿਦੋ ਵੀ ਧਮਕੀਆਂ ਦਿੰਦਾ ਸੀਗਾ ਵੀ ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ ਤੁਹਾਨੂੰ ਟਪਾ ਜਾਂਗਾ ਇੰਜ ਕਰ ਦਾਂਗਾ ਹਫ਼ਤੇ ਵਿੱਚ ਦੋ ਵਾਰੀ ਗੋਲੀਆਂ ਚਲਾ ਕੇ ਗਿਆ ਸਾਡੇ ਬੂਹੇ ਵਿੱਚ ਇੱਕ ਉਹ ਮੈਨੂੰ ਡਰਾਉਣ ਮਾਰਾ ਵੀ ਵੇਖੋ ਮੇਰੇ ਕੋਲੇ ਪਿਸਤੌਲ ਹੈਗਾ ਏ ਇਹ ਬਹੁਤ ਬੰਦਿਆਂ ਦੀਆਂ ਉੱਚੀਆਂ ਉੱਚੀਆਂ ਛਾਵਾਂ ਤੇ ਉੱਡਦਾ ਸੀਗਾ ਵੀ ਇੰਜ ਕਰ ਦਾਂਗਾ ਉਹ ਕਰ ਦਾਂਗਾ ਬਸ ਮੈਨੂੰ ਇਹੀ ਚੀਜ਼ ਦਾ ਡਰ ਸੀਗਾ ਪਰ ਮੇਰੀ ਸੁਣਵਾਈ ਹੋਈ ਜਾਵੇ ਅੱਗੇ ਤੋਂ ਮੇਰੇ ਨਾਲ ਏਦਾਂ ਨਾ ਹੋਵੇ ਤੁਸੀਂ ਵਿਰੋਧ ਕਰਦੇ ਸੀ ਕਿਸ ਤਰ੍ਹਾਂ ਇਹੀ ਕਹਿੰਦਾ ਸੀ ਵੀ ਮੈਂ ਤੇਰੇ ਪਿਸਤੌਲ ਮਾਰਾਂਗਾ ਤੈਨੂੰ ਗੋਲੀਆਂ ਚਲਾਵਾਂਗਾ ਜੇ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਮੈਨੂੰ ਮਜਬੂਰ ਕਰਦਾ ਸੀਗਾ ਪਿਸਤੌਲ ਦੀ ਨੌਕ ਤੇ ਕਰਦਾ ਹਾਂਜੀ ਪਿਸਤੌਲ ਦੀ ਨੌਕ ਤੇ ਕਰਦਾ ਸੀਗਾ ਜੇ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਮੈਂ ਤੈਨੂੰ ਵੀ ਟਪਾ ਜਾਂਗਾ ਤੁਹਾਡੇ ਘਰ ਦੇ ਪਰਿਵਾਰ ਨੂੰ ਵੀ ਟਪਾ ਦਾਂਗਾ ਇੰਜ ਕਰ ਦਾਂਗਾ ਉਹ ਕਰ ਦਾਂਗਾ ਇੱਕ ਮੈਨੂੰ ਮੇਰੇ ਘਰਦਿਆਂ ਦਾ ਖਤਰਾ ਸੀਗਾ ਘਰਦਿਆਂ ਨਾਲ ਜਿਹਨਾਂ ਨੂੰ ਵੀ ਖਤਰਾ ਸੀ ਉਹਦੇ ਤੋਂ ਵੀ ਮੈਂ ਇੰਜ ਕਰਾਂਗਾ ਉਹ ਕਰਾਂਗਾ ਮਾਰ ਜਾਂਗਾ ਇੰਜ ਕਰ ਦਾਂਗਾ ਉਹ ਕਰ ਦਾਂਗਾ ਉਲਟਾ ਮੈਨੂੰ ਕਹਿੰਦਾ ਸੀ ਕੀ ਨਾ ਲੈਂਦੇ ਜੇ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਮੈਂ ਤੇਰੇ ਪਤੀ ਨੂੰ ਤੇਰੇ ਸਾਹਮਣੇ ਹੀ ਟਪਾ ਜਾਂਗਾ ਮੇਰੀ ਇਹੀ ਬੇਨਤੀ ਕੀਤੀ ਜਾ ਰਹੀ ਹੈ ਵੀ ਹੁਣ ਜੋ ਕੁਛ ਮੇਰੇ ਨਾਲ ਹੋ ਗਿਆ ਹੈ ਮੇਰੀ ਸੁਣਵਾਈ ਕੀਤੀ ਜਾਵੇ ਅੱਗੇ ਤੋਂ ਕਿਸੇ ਨਾਲ ਏਦਾਂ ਨਾ ਹੋਵੇ ਤੇ ਮੇਰੀ ਵੀ ਇਸ ਬਦਨਾਮ ਜਿਹੜੀ ਇਹਨਾਂ ਨੇ ਜੋ ਕੁਛ ਵੀ ਕੀਤਾ ਇਹਨੂੰ ਸਜ਼ਾ ਮਿਲੀ ਜਾਵੇ ਹੋਰ ਕੀ ਹੋਇਆ ਸੀ ਜਾਂ ਉਲਾਂਭਾ ਦਿੱਤਾ ਸੀ ਹਾਂਜੀ ਮੇਰੇ ਘਰ ਵਾਲੇ ਨੇ ਤਾਂ ਵੈਸੇ ਜਾ ਕੇ ਇਹਨਾਂ ਨੂੰ ਕਿਹਾ ਵੀ ਏਦਾਂ ਤੁਸੀਂ ਕਿਉਂ ਕੀਤਾ ਤੇ ਉਲਟਾ ਉਹਦੇ ਹੀ ਗਲ ਪੈ ਗਿਆ ਮੇਰੀ ਦੇਵਰਾਣੀ ਨੂੰ ਵੀ ਇਹਨਾਂ ਨੇ ਕੁੱਟ ਮਾਰ ਕੀਤੀ ਉਹਨੂੰ ਬੱਚਾ ਹੋਣ ਵਾਲਾ ਸੀ ਦੇਵਰ ਨੂੰ ਵੀ ਉਹਨਾਂ ਨੇ ਕੈਂਚੀ ਮਾਰੀ ਉਹਦੇ ਉਹਦੀ ਉਂਗਲ ਜਿਹੜੀ ਸੀਗੀ ਉਹਦੇ ਤੇ ਉਹਨਾਂ ਨੇ ਖਣੀ ਕੀ ਮਾਰਿਆ ਉਹਦੀ ਉਂਗਲ ਵੀ ਫ੍ਰੈਕਚਰ ਕਰ ਦਿੱਤੀ ਏਦਾਂ ਉਹਨਾਂ ਨੇ ਕੀਤਾ ਸਾਡੇ ਨਾਲ ਅਸੀਂ ਇਹ ਚਿੱਟੇ ਦਾ ਕੰਮ ਕਰਦਾ ਜੀ ਹਾਂਜੀ ਨਸ਼ਾ ਇਹ ਬਹੁਤ ਵੇਚਦਾ ਜੀ ਪੈਸਾ ਤੇ ਇਹਨਾਂ ਕੋਲੇ ਬਹੁਤ ਹੈ ਜੀ ਉਹ ਤਾਂ ਕੋਈ ਦੱਸ ਹੀ ਨਹੀਂ ਸਕਦਾ ਕਿੰਨਾ ਇਹਨਾਂ ਕੋਲੇ ਪੈਸਾ ਹੈ ਇਹ ਪੈਸੇ ਦੀ ਨੋਕ ਤੇ ਤਾਂ ਏਦਾਂ ਇਹਨਾਂ ਦੇ ਗਲਤ ਕੰਮ ਧੀਆਂ ਭੈਣਾਂ ਦੇ ਲੋਕਾਂ ਤੇ ਕਰਦਾ ਹੈ ਜੀ ਹਾਂਜੀ ਸਾਨੂੰ ਇਹੀ ਬੇਨਤੀ ਹੈ ਜੀ ਸਾਨੂੰ ਇਹਨਾਂ ਤੋਂ ਖਤਰਾ ਹੈ ਉਲਟਾ ਤੋਦਨ ਸਾਨੂੰ ਉਹਨਾਂ ਨੇ ਕੁੱਟ ਮਾਰ ਵੀ ਲਿਆ ਘਰਦਿਆਂ ਨੂੰ ਹੁਣ ਉਲਟਾ ਇਹੀ ਵਕਤੀ ਚ ਸੁਣ ਰਹੇ ਹਾਂ ਅਸੀਂ ਜਿਹਨਾਂ ਦੇ ਮੂੰਹੋਂ ਵੀ ਅਸੀਂ ਇਹਨਾਂ ਨੂੰ ਟਪਾ ਜਾਂਗੇ ਇੰਜ ਕਰ ਦਾਂਗੇ ਉਹ ਕਰ ਦਾਂਗੇ ਸਾਨੂੰ ਇਹਨਾਂ ਤੋਂ ਖਤਰਾ ਹੈ ਸਾਡੀ ਇਹੀ ਬੇਨਤੀ ਹੈ ਸਾਡੀ ਸੁਣਵਾਈ ਕੀਤੀ ਜਾਵੇ ਵੀ ਸਾਨੂੰ ਇਹਨਾਂ ਤੋਂ ਹਾਂਜੀ ਵੀ ਸਾਨੂੰ ਇਹਨਾਂ ਤੋਂ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਜੀ ਭਾਈ ਮੈਂ ਕਟਿੰਗ ਵਾਲੀ ਦੁਕਾਨ ਤੇ ਬੈਠਾ ਸੀ ਤੇ ਮੇਰੇ ਮਗਰੇ ਹੀ ਉਹ ਆਇਆ ਦੋ ਜਿਨ੍ਹਾਂ ਨਾਲ ਲੜਾਈ ਹੋਈ ਆਂਟੀ ਬਾਲਟੀ
ਤੇ 2-3 ਮਿੰਟ ਬਾਅਦ ਮੇਰਾ ਵੱਡਾ ਭਰਾ ਆਇਆ ਤੇ ਮੇਰੇ ਭਰਾ ਨੇ ਆਣ ਕੇ ਇਹ ਗੱਲ ਕੀਤੀ ਕਿ ਸਾਡੇ ਘਰੇ ਵੜਨਾ ਰਾਤ ਨੂੰ ਰੋਜ਼ ਮੇਰੀ ਕੁੜੀ ਦੇ ਪਿਸਤੌਲ ਰੱਖਣਾ ਮੱਥੇ 'ਚ ਕੀ ਗੱਲ ਦਿੱਲੀ ਚੰਗਾ ਕੰਮ ਹੈ ਤੇ ਇੱਥੋਂ ਸਾਡੇ ਦੋਵਾਂ ਭਰਾਵਾਂ ਦੇ ਮਤਲਬ ਕਿ ਗੱਲ ਪੈ ਗਿਆ ਮੇਰੇ ਕੈਂਚੀ ਮਾਰੀ ਹੱਥੀ ਮਾਰੀ ਕੈਂਚੀ ਹੱਥੇ ਮਾਰੀ ਕੈਂਚੀ ਕਿਸ ਤਰ੍ਹਾਂ ਦੇ ਵਾਰ ਕੀਤੇ ਜਾਨੋਂ ਮਾਰਨ ਦੇ ਜਾਨੋਂ ਮਾਰਨ ਦੇ ਵਾਰ ਕੀਤੇ ਪੂਰੇ ਗੁੱਸੇ ਦੇ ਵਿੱਚ ਸੀਗਾ ਮਤਲਬ ਕਿ ਮੇਰੇ ਬੈਠੇ ਦੇ ਜਿਹੜਾ ਕੱਪੜਾ ਬੰਨਿਆ ਹੁੰਦਾ ਮੈਂ ਬੈਠਾ ਹੋਇਆ ਸੀਗਾ ਤੇ ਮਤਲਬ ਕਿ ਪਹਿਲਾਂ ਕੁੱਟਣ ਲੱਗ ਪਿਆ ਬਾ ਜੀ ਥੱਲੇ ਡਿੱਗਦਾ ਮੈਂ ਤੇ ਮੇਰੇ ਮਤਲਬ ਕਿ ਗੋਡਾ ਰੱਖ ਕੇ ਮੂੰਹ ਦੇ ਤੇ ਮੇਰੇ ਹੱਥਾਂ ਪੈਰਾਂ ਦੇ ਮਾਰਾ ਲੱਗ ਪਿਆ ਜਿੱਥੇ ਜਿੱਥੇ ਮੈਂ ਪੱਤੀਆਂ ਵਿੱਚ ਉਸ ਤੋਂ ਬਾਅਦ ਕੀ ਮੰਗ ਹੋਣੀ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਇਹਦੇ ਪੂਰੀ ਕਾਰਵਾਈ ਹੋਣੀ ਚਾਹੀਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਘਰੇ ਆ ਜਾਂਦਾ ਫਿਰ ਪਿਸਤੌਲ ਦੀਆਂ ਧਮਕੀਆਂ ਦਿੰਦਾ ਅੱਜ ਤੋਂ 4-10 ਦਿਨ ਪਹਿਲਾਂ ਇਹ ਮਤਲਬ ਕਿ ਸਾਡੇ ਮੁਹੱਲੇ ਅੱਗੇ ਆਣ ਕੇ ਫੈਰ ਵੀ ਨੇ ਕੱਟੇ ਦੋ ਵਾਰੀ ਫੈਰ ਕੱਢ ਕੇ ਗਿਆ ਹਿੰਦੀ ਦਾ ਮੁਹੱਲਾ ਗਵਾਈ ਪੂਰੀ ਦੇ ਗਿਆ ਕਿ ਫੈਰ ਇਹ ਚਲਾ ਕੇ ਗਿਆ ਸੀ ਕੰਮ ਤੋਂ ਘਰੇ ਆਇਆ ਠੀਕ ਹੈ ਜੀ ਮੇਰੇ ਘਰ ਨੇ ਮੈਨੂੰ ਰੋਂਦੀ ਰੋਂਦੀ ਨੇ ਦੱਸਿਆ ਕਿ ਮੇਰੇ ਨਾਲ ਆਹ ਕੁਛ ਹੋ ਰਿਹਾ ਤੇ ਆਹ ਕੁਛ ਹੋਇਆ ਮੇਰੇ ਨਾਲ ਕਿ ਮੈਂ ਤੈਨੂੰ ਡਰਦੀ ਤਾਂ ਨਹੀਂ ਸੀ ਦੱਸ ਰਹੀ ਵੀ ਤੂੰ ਮੈਨੂੰ ਗਲਤ ਨਾ ਸੋਚੇ ਕਿ ਮੇਰੇ ਰਿਲੇਸ਼ਨ ਨੇ ਉਹਦੇ ਨਾਲ ਕਿ ਮੈਨੂੰ ਧਮਕੀਆਂ ਦਿੰਦਾ ਪਿਸਤੌਲ ਆ ਕੇ ਮੈਨੂੰ ਹਾਲਦਾ ਮੇਰੇ ਨਾਲ ਦੋ ਵਾਰੀ ਇਹਨੇ ਰੇਪ ਕੀਤਾ ਮੈਂ ਤੈਨੂੰ ਡਰਦੀ ਨਹੀਂ ਸੀ ਦੱਸਦੀ ਹੁੰਦੀ ਕਿ ਇਹ ਮੈਨੂੰ ਪਿਸਤੌਲ ਵਿਖਾਲਦਾ ਸੀ ਤੇ ਮੈਨੂੰ ਵੀ ਧਮਕੀਆਂ ਦਿੰਦਾ ਸੀ ਕਿ ਮੈਂ ਤੇਰੇ ਬੰਦੇ ਨੂੰ ਮਾਰ ਦਾਂਗਾ ਤੂੰ ਆਪਦੇ ਬੰਦੇ ਨੂੰ ਦੱਸੇਂਗੀ ਤੇ ਮੈਂ ਤੇਰੇ ਬੰਦੇ ਨੂੰ ਮਾਰ ਦਾਂਗਾ ਤੈਨੂੰ ਮਾਰ ਦਾਂਗਾ ਤੁਹਾਡੇ ਬੱਚਿਆਂ ਨੂੰ ਮਾਰ ਦਾਂਗਾ ਤੇ ਮੈਨੂੰ ਮੇਰੇ ਘਰ ਦੀ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਤੂੰ ਜਾ ਕੇ ਇਹਨੂੰ ਰੋਕ ਕਿ ਅੱਜ ਫਿਰ ਆਇਆ ਸੀ ਮੈਨੂੰ ਛੇੜਨ ਵਾਸਤੇ ਮੇਰੇ ਨਾਲ ਰੇਪ ਕਰਨ ਵਾਸਤੇ ਅੱਜ ਫਿਰ ਆਇਆ ਸੀ ਤੇ ਮੈਨੂੰ ਮੈਂ ਇਹਨੂੰ ਨਹੀਂ ਕੁਛ ਮੈਂ ਹੱਥ ਬਾਂਹ ਫੜਾਇਆ ਤੇ ਮੈਂ ਉਹਨੂੰ ਕਿਹਾ ਕਿ ਤੂੰ ਚਲੇ ਜਾ ਇੱਥੋਂ ਮੈਂ ਆਪਦੇ ਬੰਦੇ ਨੂੰ ਦੱਸ ਦੇਣਾ ਤੇ ਇਹ ਨਹੀਂ ਗਿਆ ਤੇ ਫਿਰ ਉਹਨਾਂ ਟਾਈਮ ਨੂੰ ਪਿਆ ਤੇ ਮੇਰੇ ਘਰ ਦੇ ਘਰੇ ਜੀ ਆ ਗਏ ਤੇ ਉਹਨਾਂ ਨੂੰ ਫਿਰ ਮੇਰੇ ਘਰ ਦੇ ਵੀ ਕੰਮ ਤੋਂ ਆ ਗਏ ਤੇ ਉਹਨਾਂ ਮੈਨੂੰ ਦੱਸਿਆ ਮੈਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਤੇ ਫਿਰ ਮੈਨੂੰ ਦੱਸਿਆ ਤੇ ਉਦੋਂ ਬਾਅਦ ਹੀ ਇਹ ਸ਼ਾਮ ਨੂੰ ਦੁਕਾਨ ਤੇ ਕਟਿੰਗ ਵਾਲੀ ਦੁਕਾਨ ਤੇ ਆਇਆ ਤੇ ਮੈਂ ਆਪਦੇ ਘਰ ਦੀ ਨੇ ਜਿਵੇਂ ਮੈਨੂੰ ਦੱਸਿਆ ਤੇ ਮੈਂ ਉਹਨੂੰ ਪੁੱਛ ਕੇ ਚੰਗੀ ਤਰ੍ਹਾਂ ਪੁੱਛ ਗਿਆ ਇਸ ਕਰਕੇ ਤੇ ਮੈਂ ਗਿਆ ਉਹਦੇ ਕੋਲੇ ਮੈਂ ਤਾਂ ਗੱਲਬਾਤ ਕਰਨ ਗਿਆ ਸੀ ਇੱਕ ਸਭੈਗੀ ਕਿ ਤੇਰੇ ਵਾਸਤੇ ਚੰਗਾ ਕੰਮ ਨਹੀਂ ਤੂੰ ਸਾਡੇ ਘਰੇ ਆਉਣਾ ਜਾਣਾ ਤੇ ਤੇਰੇ ਵਾਸਤੇ ਚੰਗਾ ਕੰਮ ਨਹੀਂ ਤੇ ਜਦੋਂ ਮੈਂ ਜਾ ਕੇ ਇੰਨੀ ਗੱਲ ਕਹੀ ਤੇ ਅੱਗੋਂ ਮੈਨੂੰ ਕਹਿੰਦਾ ਕਿ ਤੂੰ ਮੇਰਾ ਕੀ ਕਰ ਲਏਗਾ ਮੈਂ ਤਾਂ ਇਹੀ ਕੋਸ਼ਿਸ਼ ਕਰਨਾ ਹੈ ਫਿਰ ਤੋਂ ਜਿਹੜਾ ਕੁਛ ਹੁੰਦਾ ਹੀ ਤੂੰ ਕਰ ਲੈ ਠੀਕ ਹੈ ਅਸੀਂ ਤਾਂ ਐਵੇਂ ਅਸਲੇ ਦੇ ਜ਼ੋਰ ਤੇ ਅਸੀਂ ਸਾਡੀ ਹਕੂਮਤ ਹੈ ਬਸਤੀ ਦੇ ਵਿੱਚ ਸਾਡਾ ਬਹੁਤ ਤਗੜਾ ਨੈਟਵਰਕ ਹੈ ਅਸੀਂ ਤਾਂ ਇਹੀ ਕੋਸ਼ਿਸ਼ ਕਰਨਾ ਹੈ ਤੇ ਇਹੀ ਕੋਸ਼ਿਸ਼ ਕਰਾਂਗੇ ਅਸੀਂ ਅੱਗੇ ਵੀ ਕਿ ਅਸੀਂ ਇਸ ਕੰਮ ਤੋਂ ਨਹੀਂ ਹਟਣਾ ਤੇ ਮੇਰੀ ਤਾਂ ਬੇਨਤੀ ਹੈ ਜੀ ਪ੍ਰੈਸ ਅੱਗੇ ਕਿ ਇਹਨਾਂ ਤੇ ਰੋਕ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਕਾਰਵਾਈ ਹੋਵੇਗੀ ਤੇ ਇਹਨਾਂ ਦਾ ਨੈਟਵਰਕ ਬਹੁਤ ਜ਼ਿਆਦਾ ਤਗੜਾ ਜੀ ਸਾਨੂੰ ਧਮਕੀਆਂ ਮਾਰਨ ਦੀਆਂ ਹਾਲੇ ਵੀ ਧਮਕੀਆਂ ਦਿੰਦੇ ਨੇ ਮਾਰਨ ਦੀਆਂ ਸਾਨੂੰ ਸਾਡੀ ਜਾਨ ਨੂੰ ਖਤਰਾ ਹੈ ਇਹਨਾਂ ਤੋਂ ਇਹਨਾਂ ਸਾਨੂੰ ਇਨਸਾਫ਼ ਦਿੱਤਾ ਜਾਵੇ ਇਹਨਾਂ ਵੱਲੋਂ ਲੈ ਕੇ ਦਿੱਤਾ ਜਾਵੇ ਇਹਨਾਂ ਦਾ ਨੈਟਵਰਕ ਵਾਕਈ ਬਹੁਤ ਤਗੜਾ ਹੈ ਕਾਹਦਾ ਨੈਟਵਰਕ ਹੈ ਨੈਟਵਰਕ ਚਿੱਟੇ ਦਾ ਕੰਮ ਕਰਦੇ ਜੀ ਦੋ ਨੰਬਰ ਦਾ ਕੰਮ ਕਰਦੇ ਆ ਸਾਡੇ ਮੁਹੱਲੇ ਅੱਗੇ ਵੀ ਮੈਨੂੰ ਨਹੀਂ ਸੀ ਪਤਾ ਕਿ ਇਹ ਗੋਲੀਆਂ ਚਲਾਈਆਂ ਸੀ ਇਹਨਾਂ ਨੇ ਤੇ ਪਰ ਮੇਰੇ ਘਰ ਦੀ ਮੈਨੂੰ ਡਰਦੀ ਨਹੀਂ ਸੀ ਦੱਸਦੀ ਕਿ ਮੇਰੇ ਵਾਸਤੇ ਗੋਲੀਆਂ ਚਲਾ ਕੇ ਗਿਆ ਫਿਰ ਮੈਨੂੰ ਦਹਿਸ਼ਤ ਫਲਾਉਂਦੇ ਕਿਸ ਤਰ੍ਹਾਂ ਹਾਂਜੀ ਦਹਿਸ਼ਤ ਵਾਸਤੇ ਮੈਨੂੰ ਫਿਰ ਮੇਰੇ ਘਰ ਦੀ ਨੇ ਦੱਸਿਆ ਕਿ ਇਹ ਮੇਰੇ ਵਾਸਤੇ ਗੋਲੀਆਂ ਚਲਾ ਕੇ ਗਿਆ ਮੈਨੂੰ ਵਿਖਾਉਣ ਵਾਸਤੇ ਗੋਲੀਆਂ ਚਲਾਈਆਂ ਸੀ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਇਹਨਾਂ ਤੇ ਕੀਤੀ ਜਾਵੇਗੀ